ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ V ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਲੇਖ ਪੜ੍ਹਾਂਗੇ ਇਸ ਪਾਠ ਵਿੱਚ ਆਏ ਔਕੇ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਵਿਦਵਾਨ ਸਕਾਲਰ ਸਿਰਜਣਾ ਸਟੈਬਲਿਸ਼ਮੈਂਟ ਸ਼ਹੀਦ ਮਾਰਟਰ ਸੰਭਾਲ ਕੇਅਰ ਅਕਾਲ ਬੁੰਗੇ ਇਸਮਾਲ ਰੂਮ ਵਿਦ ਡੋਮ ਬਰਦਾਸ਼ਤ ਟੋਲੇਰੇਬਲ ਐਕਸੈਪਟੇਬਲ অর ਟੂ ਟੋਲੇਰੇਟ অর ਟੂ ਐਕਸੈਪਟ ਸਮਝਦਾਰੀ ਨਾਲ ਵਿਦ ਅੰਡਰਸਟੈਂਡਿੰਗ ਵਿਦ Wisdom ਸੁਨੇਹੇ ਮੈਸੇजेस ਪਾਈਮਨੀ ਸਿੰਘ ਜੀ ਸਿੱਖਾਂ ਦੇ ਬਹੁਤ ਵੱਡੇ ਵਿਦਵਾਨ ਅਤੇ ਸ਼ਹੀਦ ਹੋਏ ਹਨ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਉਨਾ ਦੇ ਮਾਤਾ ਪਿਤਾ ਕ੍ਰਿਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਛੱਡ ਗਏ ਗੁਬਿੰਦ ਰਾਏ ਜੀ ਅਤੇ ਪਾਈ ਮਨੀ ਰਾਮ ਜੀ ਦੋਵੇਂ ਅਨੰਦਪੁਰ ਸਾਹਿਬ ਰਹਿੰਦੇ ਇਕੱਠੇ ਖੇੜਦੇ ਅਤੇ ਵਿਦਿਆ ਲੈਂਦੇ ਮਨੀ ਸਿੰਘ ਜੀ ਪੰਜ ਪਿਆਰਿਆਂ ਵਿੱਚ ਨਹੀਂ ਸਨ ਪਰ ਉਹਨਾਂ ਨੇ 3 ਮਾਰਚ 1999 ਨੂੰ ਹੀ ਗੁਰਗੁਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਅਤੇ ਪਾਈ ਮਨੀ ਸਿੰਘ ਬਣ ਗਏ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪਾਈਮਾਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦੀ ਸੰਭਾਲ ਲਈ ਅੰਮ੍ਰਿਤਸਰ ਭੇਜਿਆ 1706 ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤਲਵੰਡੀ ਸਾਬ ਹੋ ਗਏ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖੀਆਂ ਗੁਰਬਾਣੀ ਦੇ ਗੁਟਕੇ ਬਣਾ ਕੇ ਸਿੱਖ ਸੰਗਤਾਂ ਵਿੱਚ ਵੰਡੇ ਪਾਈਮਾਨੀ ਸਿੰਘ ਨੇ ਜੀ ਨੇ ਉਹਨਾਂ ਪਾਈ ਮਨੀ ਸਿੰਘ ਜੀ ਨੇ ਪਾਈ ਗੁਰਦਾਸ ਦੀਆਂ ਬਾਹਰਾਂ ਪੜ੍ਹ ਕੇ ਗੁਰੂਆਂ ਦੀਆਂ ਦੋ ਜਨਮ ਸਾਖੀਆਂ ਦੀ ਰਚਨਾ ਕੀਤੀ ਆਈ ਥਿੰਕ ਉਹਨਾਂ ਨੇ ਡਸਨਟ ਬਿਲੋਂਗ ਹੇਅਰ ਐਂਡ ਕ੍ਰੋਸ ਕਰਦੇ ਨਾ ਠੀਕ ਹੈ ਉਹਨਾਂ ਦੇ ਨਾਂ ਹਨ ਗਿਆਨ ਰਤਨਾਵਲੀ ਅਤੇ ਸਿੱਖਾਂ ਦੀ ਭਗਤ ਰਤਨਾਵਲੀ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਨਾਣਾ ਕਰਨ ਤੋਂ ਬਾਅਦ 1708 ਵਿੱਚ ਮਾਤਾ ਸੁੰਦਰੀ ਜੀ ਨੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿਚ ਹਰ ਮੰਦਰ ਸਾਹਿਬ ਦੀ ਸੰਭਾਲ ਕਰਨ ਫਿਰ ਪੇਜਿਆ ਆਪ ਜੀ ਉੱਥੇ ਅਕਾਲ ਬੁੰਗੇ ਵਿੱਚ ਰਹਿੰਦੇ ਅਤੇ ਉੱਥੋਂ ਸੰਗਤਾਂ ਨੂੰ ਗੁਰਮਤਿ ਦੇ ਸਨੇਹੇ ਦਿੰਦੇ 1712 ਵਿੱਚ ਖਾਲਸਿਆਂ ਦੇ ਦੋ ਦਲ ਬਣ ਗਏ ਜੋ ਆਪਸ ਵਿੱਚ ਲੜਾਈ ਕਰਨ ਲੱਗੇ ਅਸਲੀ ਖਾਲਸਾ ਜਾਂ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਬਣਾਇਆ ਉਹ ਗੁਰੂ ਗ੍ਰੰਥ ਨੂੰ ਆਪਣਾ ਗੁਰੂ ਮੰਨਦੇ ਅੰਮ੍ਰਿਤ ਛਕਦੇ ਉਹ ਨੀਲੇ ਚੋਲੇ ਪਾਉਂਦੇ ਫਰਲੇ ਵਾਲਾ ਦਿਮਾਲਾ ਪਾਉਂਦੇ ਅਤੇ ਦਿਮਾਲੇ ਨੂੰ ਸ਼ਸਤਰਾਂ ਨਾਲ ਸਜਾਉਂਦੇ ਉਹਨਾਂ ਨੂੰ ਮਾਸ ਖਾਣ ਦੀ ਮਨਾਹੀ ਨਹੀਂ ਸੀ ਬੰਦਾ ਸਿੰਘ ਪਹਾੜ ਦੇ ਨਾਲ ਜੋ ਸਿੱਖ ਸਨ ਉਹ ਬੰਦਾ ਸਿੰਘ ਨੂੰ 11ਵਾਂ ਗੁਰੂ ਮੰਨਣ ਲੱਗੇ ਉਹਨਾਂ ਨੂੰ ਬੰਦਈ ਖਾਲਸਾ ਕਿਹਾ ਜਾਣ ਲੱਗਾ ਉਹ ਸਿੱਖ ਸਨ ਉਹ ਅੰਮ੍ਰਿਤ ਛਕਦੇ ਸਨ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗ੍ਰੰਥ ਤਾਂ ਮੰਨਦੇ ਸਨ ਮਨਤੇ ਪਰ ਉਹਨਾਂ ਦਾ ਗੁਰੂ ਬੰਦਾ ਸਿੰਘ ਬਹਾਦਰ ਹੀ ਸੀ ਉਹ మాਸ ਨਹੀਂ ਖਾਂਦੇ ਸਨ ਇੱਕ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਖਾਸੇ ਨੂੰ ਬਰਦਾਸ਼ਤ ਨਹੀਂ ਸੀ ਕਿ ਕੋਈ 11ਵਾਂ ਗੁਰੂ ਹੋਵੇ ਬੰਦਾਈ ਖਾਲਸਾ ਅਤੇ ਤਤ ਖਾਲਸਾ ਦੋਵੇਂ ਧਰ ਇੱਕ ਦੂਜੇ ਤੋਂ ਵੱਖਰੇ ਹੋ ਗਏ ਤੇ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗੇ ਆਪਸ ਵਿੱਚ ਲੜਨ ਲੱਗੇ 1721 ਵਿੱਚ ਬੰਦਾਈ ਖਾਲਸਾ ਨੂੰ ਖਾਲਸਾ ਪੰਥ ਵਿੱਚੋਂ ਕੱਢ ਦਿੱਤਾ ਗਿਆ ਪਾਈ ਮਨੀ ਸਿੰਘ ਜੀ ਨੇ ਸਭ ਸਿੱਖਾਂ ਪਾਈ ਮਨੀ ਸਿੰਘ ਜੀ ਸਭ ਸਿੱਖਾਂ ਨੂੰ ਇਕੱਠਾ ਕਰਨਾ ਚਾਹੁੰਦੇ ਸਨ ਉਹਨਾਂ ਨੇ ਬਹੁਤ ਸਮਝਦਾਰੀ ਨਾਲ ਦੋਹਾਂ ਦਲਾਂ ਦਾ ਚ ਝਗੜਾ ਖਤਮ ਕਰਵਾਇਆ ਅਤੇ ਖਾਲਸਾ ਪੰਥ ਨੂੰ ਜੋੜਿਆ ਇਸ ਅਸੇਦ ਵਿੱਚ 435 ਅਵਧ ਨੇ ਠੀਕ ਹੈ ਲੁੱਕ ਐਟ ਦਿਸ ਵਨ ਦਿਸ ਇਸ ਪਰਲਾ ਇਸ ਕਾਲਡ ਪਰਲਾ ਤੇ ਤੁਸੀਂ ਇਸ ਐਮ ਐਸ ਐਨ I think ਪੰਚੀ ਸਤ ਮਿੰਟ ਦੇ ਵਿੱਚ ਪੜ ਸਕੋਗੇ ਠੀਕ ਹੈ So, so grammar, let's just review some of the grammar rules, some of the plurals. Most of the Punjabi nouns, adjectives and verbs change when they are used as plurals. Some do not. Try to use a number with each noun to see how they change. They didn't change, right? The word sick does not change. There are many rules for changing singular words into plurals. You will need to memorize these rules. So here are four rules. Rule one the masculine words that end in mukta, there's no matra at the end, do not change when we make plurals. Sick, sick. Granth, granth, shastar, shastar, dal, dal. The masculine words that end in a kanna lose the kanna and they get a long when we make the plurals for example vada vade ikata ikate kirda kirde Khalsa, khalse, gutka gutke rule three many feminine words usually end in a bihari when we change a feminine noun to a plural we add an ara and a kanna with a bindi for example kuri kuriya ਬੰਦਲੀ ਪੁੰਦਲੀਆਂ ਬਾਣੀ ਬਾਣੀਆਂ ਲੜਾਈ ਲੜਾਈਆਂ ਸਾਖੀ ਸਾਖੀਆਂ ਰਤਨਾਵਲੀ ਰਤਨਾਵਲੀਆਂ ਸਮ ਫੈਮਿਨਿਨ ਨਾਉਨਸ ਐਂਡ ਨਿਮੁਕਤਾ ਨੋ ਮਾਤਰਾ ਵੀ ਐਡ ਅ ਕੰਨਾ ਐਂਡ ਬਿੰਦੀ ਵੈਨ ਵੀ ਮੇਕ ਦਮ ਪਲੂਰਲਸ ਫੋਰ ਐਗਜ਼ਾਮਪਲ ਲੱਤ ਲੱਤਾਂ ਇੱਕ ਲੱਤ ਦੋ ਲੱਤਾਂ ਬੀੜ ਬੀੜਾਂ ਸੰਗਤ ਸੰਗਤਾ ਪਗ ਪੱਗਾ ਵਾਰ ਵਾਰਾਂ ਵਾਰ ਇਸ ਦਾ ਸਪੈਸ਼ਲ ਕਾਈਂਡ ਆਫ ਪੋਇਟਰੀ Here are your questions, write the answers. Here are multiple choice. Uh, find the right answers. On Tuesday, Mangalwa, time mashirukaro, elek, paro, kin namintlage, a lake, sonilik which likho. keliko, kin And then have fun. These are some words uh, from this essay. Find them here. And virvarnu, is sakhida, saran likho. liko, by money sing jane kam kitte. What all did he do? Um, besides he united the dat kathsa and dal khasa what all did he do so eto to see parhna thoda ja theek hai unhone uh, janm sakhiyan likhiyan unhone gutke banaye unhone guru granth sahib uh, di abida bhi likhiyan theek hai so eto si par ke te answer kar dena questions te dalbih and then i will see you in the next lesson until then vahegur ji khalsa vahegur ji ki fate